ਪਹਿਲੀ ਰੋਟੀ ਸਟਰਗਲ ਕਰਦੇ ਰਹੋ। ਵਾਹ, ਨਵਾਂ ਜੱਬ ਪੈ ਗਿਆ ਇਹਨਾਂ ਨੇ। ਮੈਂ ਤਾਂ ਤੰਦੂਰ ਦੀ ਰੋਟੀਆਂ ਵੀ ਲਾਉਂਦਾ ਰਿਹਾ। ਇਹ ਪੁੱਠਾ ਹੋ ਗਿਆ, ਉਹ ਸਿੱਧਾ ਹੋ ਗਿਆ, ਉਹਨੂੰ ਵੱਧ ਸੇਕ ਲੱਗਾ। ਅਸੀਂ ਚੱਲੇ ਆ ਜੀ, ਸਾਡੇ ਦੋਸਤ ਦਾ ਇਨਵੀਟੇਸ਼ਨ ਆਇਆ ਸਾਨੂੰ ਡਿਨਰ ਕਰਾਉਣਾ। ਤੇ ਡਿਨਰ ਕਹਿੰਦਾ ਸਪੈਸ਼ਲ ਤਰੀਕੇ ਨਾਲ ਤੰਦੂਰ ਖਾਣਾ ਬੰਦਾ ਕਹਿੰਦਾ ਸਾਡਾ ਆਪਣਾ ਦੇਸੀ ਵਾਲਾ ਤੰਦੂਰ ਖੋੜੀ ਥੋੜੀ ਖਾਣਾ, ਤੰਦੂਰ ਦੀ ਰੋਟੀਆਂ, ਤੰਦੂਰ ਵਾਲੀਆਂ ਰੋਟੀਆਂ। ਤੇ ਤੰਦੂਰ ਉਹਦੇ ਘਰੇ ਪਹੁੰਚ ਚੁੱਕੇ ਆ ਜੀ। ਤੁਸੀਂ ਛੱਡ ਗਏ? ਇਹ ਜਿੱਦਾਂ ਮਰਜ਼ੀ ਆ, ਹੁਣ ਅਸੀਂ ਹੱਲ ਕਰਤਾ। ਤੰਦੂਰ ਪਹੁੰਚ ਚੁੱਕਿਆ ਬਾਈ ਘਰੇ, ਤੇ ਇਹ ਰੋਟੀ ਖਾਵਾਂਗੇ ਘਰੇ ਬਣਾਈਆਂ ਹੋਈਆਂ। ਵਾਹ 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 ਜੀ। ਲੋ ਜੀ ਬਾਈ ਸਾਡਾ ਤੰਦੂਰ ਪਖਾਈ ਜਾਂਦਾ। ਪਹਿਲੀ ਲਾਟ ਲਾਤੀ ਵੀਰੇ ਤੰਦੂਰ ਨੂੰ, ਦੇਖਦੇ ਆ ਸਾਡਾ ਕਿੰਨਾ ਕੁ ਭਖਦਾ। ਤੰਦੂਰ ਬਣੀ ਜਾਂਦੀ ਵੀਰੇ ਗੱਲ? ਹਾਂ ਬਾਈ ਚੱਲੀ ਜਾਂਦਾ। ਇਹ ਕਿੱਥੋਂ ਲਿਆਂਦਾ ਤੁਸੀਂ ਤੰਦੂਰ ਇੰਨਾ ਸੋਹਣਾ? ਇਹ ਆਪਣਾ ਬਾਈ ਆ ਕਿੱਥੇ। ਅੱਛਾ, ਵੀਰ ਤੋਂ ਲਿਆਂਦਾ। ਉਹਨੇ ਵਿਚਾਰਾ ਕਹਿੰਦਾ ਤੁਸੀਂ ਆਦਾ ਕਰੋ। ਇਹ ਤਾਂ ਜਮਾ ਇੰਡੀਆ ਵਾਲਾ ਬਾਈ ਤੰਦੂਰ ਯਾਰ। ਇੰਡੀਆ ਹੀ ਬਣਾਇਆ ਪਿਆ ਤੁਸੀਂ ਤੰਦੂਰ, ਇੱਥੇ ਪੰਜਾਬ ਹੀ ਬਣਾਇਆ ਪਿਆ। ਬਹੁਤ ਵਧੀਆ ਚੀਜ਼ ਆ। ਅੱਜ ਆ ਜਾਣਾ ਵੀ, ਦੇਖ ਕੇ ਲੰਘਿਆ ਤੈਨੂੰ ਸਾਈਡ ਤੇ ਹੀ ਮੁੜ ਗਿਆ ਕਹਿੰਦਾ। ਇਹ ਤਾਂ ਤੰਦੂਰ ਧੂੰਆਂ ਹੀ ਬਹੁਤ ਕਰੀ ਜਾਂਦਾ। ਲੋ ਜੀ ਸਿੰਪਲ ਮੈਥਡ ਕੱਢ ਲਿਆ ਵੀਰ ਨੇ, ਸਰਾਣਾ ਹੀ ਪਾੜ ਲਿਆ ਕਹਿੰਦਾ ਅੱਜ ਬੰਦੇ ਕੁਝ ਕਰਨੇ। ਰੂਨ ਅੱਗ ਸਭ ਤੋਂ ਛੇਤੀ ਪੈਂਦੀ, ਪਰ ਕੋਈ ਗੱਲ ਨਹੀਂ, ਅੱਗ ਸਾਡੀ ਚੱਲਣੀ ਚਾਹੀਦੀ। ਬਾਬਾ ਬਹੁਤ ਅਬਰੋ ਮੈਂ ਕਹਿੰਦਾ, ਹੁਣ ਲੱਕੜਾਂ ਆਪਾਂ ਪਾੜ ਲਈ। ਲੋ ਜੀ ਇੱਦਾਂ ਹੀ ਅਸੀਂ ਰੋਟੀਆਂ ਲਾਈ ਜਾਣੀਆਂ ਨੇ, ਤਾਂ ਇੱਧਰ ਹੋ ਜਾਵਾ ਹੁਣ ਸਾਨੂੰ, ਇਹਦੇ ਨਾਲ ਅਸੀਂ ਕੱਢਾਂਗੇ ਜੀ। ਰੈਡੀ? ਓ ਵਾਹ, ਫੁੱਲ ਕਿੰਨੀ ਸੋਹਣੀ ਗਈ ਹੋਏ, ਦੇਖ ਬਹੁਤ ਸੋਹਣਾ ਤੰਦੂਰ ਬਣਿਆ ਪਿਆ। ਮਾੜਾ ਚਾਨਣਾ ਚਾਹੀਦਾ, ਇੱਥੇ ਟਾਰਚ ਮਾਰਿਓ ਵਿੱਚ ਪਤਾ ਨਹੀਂ ਲੱਗਦਾ ਬਣ ਗਈ ਕਿ ਨਹੀਂ। ਆਹੋ ਇੱਧਰ ਨੂੰ ਕਰ ਲੈਂਦੇ ਹਾਂ, ਪਹਿਲੀ ਰੋਟੀ ਸਟਰਗਲ ਕਰਦੇ ਰਹੋ। ਵਾਹ ਜੀ ਵਾਹ, ਬਹੁਤ ਸੋਹਣੀ ਆ, ਬਟ ਥੋੜੀ ਜਿਹੀ ਸੜ ਗਈ। ਰੋਟੀ ਬਣਾਉਣੀ ਸਿੱਖਣੀ ਆ, ਇੱਥੇ ਤਾਰਿਆ ਤਾਰਿਆ ਬਟਰ ਲਾਓ। ਹਾਂ ਵਾਓ, ਤੰਦੂਰ ਦੀ ਰੋਟੀ ਲਾਉਣ ਦੇ ਨਾਲ ਇੰਡੀਆ ਤੋਂ ਬੰਦੇ ਸੱਦਣੇ ਆਪਾਂ, ਇਹੋ ਕੰਮ ਰਹਿ ਗਿਆ ਹੈ। ਇਹ ਤੇ ਅਸੀਂ ਵੀਜ਼ਾ ਲਾਉਣ ਵਾਲਾ ਸੀ, ਆਪਣਾ ਢਾਬਾ ਪਾ ਲਿਆ। ਐਕ੍ਰੀਡੀਟੇਸ਼ਨ ਇੰਨੀ ਕੀ ਹੋਣੀ ਆ ਬਾਈ, ਜੇ ਸਾਰੇ ਇੱਕ ਕੰਮ ਚ ਹੋ ਜੂ ਆਪਣੇ ਆਪਣੇ ਲੋਕਾਂ ਨੂੰ ਲੁੱਟੀਏ ਜਿੱਦਾਂ ਲੁੱਟ ਰਹੇ ਆ। ਤੰਦੂਰ ਘਟਦਾ ਪਿਆ ਏ ਵੀ ਜੀ, ਬਹੁਤ ਸੋਹਣਾ ਆ ਦੇਖੋ, ਫੁਲਕਾ ਬਣ ਗਿਆ ਇੱਕ। ਲਿਆਓ ਭਾਬੀ ਜੀ ਰੋਟੀ, ਤੰਦੂਰ ਦੀਆਂ ਰੋਟੀਆਂ ਬਣਾਉਂਦੇ ਹੋਏ ਸਿੱਖ ਜਾਂਦੇ ਨੇ। ਇੱਦਾਂ ਹੀ ਸਿੱਖ ਦੇ ਕੇ ਜਵਾਨ ਹੁੰਦਾ ਜੇ ਅਸੀਂ ਆਪ ਦੇਖਾਂਗੇ ਭਾਈ, ਫੇਰ ਹੀ ਬੰਦੇ ਨੂੰ ਸੁਣਾਵਾਂਗੇ ਆਪਣੇ ਜਿਹੜੇ ਰੱਖਣੇ ਆਪਾਂ ਕੰਮ ਤੇ। ਵੀ ਦੱਸ ਦਿਓ ਕੋਈ ਗਲਤੀ ਹੋਈ, ਕੋਈ ਕੁਛ ਹੋਇਆ, ਸੇਕ ਬਹੁਤ ਜ਼ਿਆਦਾ ਆ। ਮੇਰੀ ਵੀ ਚੱਲ ਗਈ ਵਿੱਚ, ਤਾਂ ਚੱਕ ਲਓ ਨਾ, ਸਗੋਂ ਵਧੀਆ ਬਣ ਜੂ ਕੋਲਿਆਂ ਤੇ ਵੀ, ਚੱਕ ਲਓ ਰੋਟੀ ਉਹਨੂੰ, ਕੋਲੇ ਵਾਲੀ ਵੀ ਬਣ ਗਈ, ਚੱਕ ਲਓ ਚੱਕ ਲਓ ਚੱਕ ਲਓ, ਘੈਂਟ ਆ ਪੂਰੀ ਰੋਟੀ। ਰੋਟੀ ਬਣਾ ਕੇ ਪੂਰੀ ਕੋ ਬਣਾਤਾ ਇਹ ਪੂਰਾ ਬਰਾਬਰ, ਉਹਨੇ ਸੇਕ ਘਟ ਗਿਆ, ਅੱਗ ਹੋਰ ਬਾਲੋ ਯਾਰ, ਬਹੁਤ ਸੇਕ ਆ ਤੇ ਜੀ। ਨਹੀਂ ਨਹੀਂ ਬਟਰ ਬੂਟਰ ਲਾ ਜਾਓ ਹਿਸਾਬ ਜਿਹਾ, ਸਭ ਚੀਜ਼ ਕੱਢੀ ਜਾ, ਇੱਕ ਕੰਮ ਤਾਂ ਕਰ, ਮੈਂ ਚਲਾਈ ਜਾਊਗਾ ਹਿਸਾਬ ਜਿਹਾ। ਰੋਟੀਆਂ ਤੁਸੀਂ ਲਾਓ ਵੀਰ ਜੀ।
ਤੁਸੀਂ ਕਹਿੰਦੇ ਰਹੇ ਹੋ ਮੈਂ ਤਾਂ ਬਣਾਉਂਦਾ ਰਿਹਾ ਪਹਿਲਾਂ ਇੰਨੀਆਂ ਚੱਲ ਆ ਪਰ ਵੀਣੇ ਪਰ ਕੰਨੀ ਕੰਨੀ ਆ ਮੈਂ ਤਾਂ ਤੰਦੂਰ ਦੀ ਰੋਟੀਆਂ ਵੀ ਲਾਉਂਦਾ ਰਿਹਾ ਵੰਜੇ ਰੋਟੀਆਂ ਵੀ ਲਾਉਂਦਾ ਰਿਹਾ ਵੰਜੇ ਫੁੱਲ ਲੈਣਾ ਚੰਨੀ 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 ਦਾ ਨਾਮ ਬਣਦਾ ਰਿਹਾ ਛੇਤੀ ਛੇਤੀ ਲਾਈ ਚੱਲੋ ਛੇਤੀ ਛੇਤੀ ਲਾਈ ਚੱਲੋ ਆਈ ਦੱਦਾ ਨਹੀਂ ਨਹੀਂ ਵਗਤ ਤਾਂ ਵਧੀਆ ਗਈ ਸੀ ਮਮਾ ਦੂਜਾ ਥੋੜੀ ਜ਼ਿਆਦਾ ਨੱਪਤੀ ਹੁਣ ਸਹੀ ਲੱਗੂ ਮੇਰੀ ਗੱਲ ਮੰਨ ਜਾ ਤੰਦੂਰ ਦੀਆਂ ਰੋਟੀਆਂ ਬਣਾਉਂਦੇ ਹੋਏ ਪੂਰਾ ਘੁੰਮ ਗਏ ਬਸ ਕੋਈ ਨੀ ਬਣ ਜਾਣੀ ਨਹੀਂ ਬਾਈ ਆਈ ਨੀ ਗੱਲ ਬਣ ਜਾਣੀ ਰੋਟੀਆਂ ਵਿੱਚ ਸੁੱਟਤੀਆਂ ਲੱਕੜ ਪਾਉਣ ਦੀ ਨੀ ਲੋੜ ਪੈਣੀ ਤੂੰ ਨਾਲ ਭੂਕਣਾ ਜਾ ਬਣਾ ਕੀ ਕਰੀ ਜਾਂਦਾ ਬੈਟਰੀ ਠੰਡੀਆਂ ਹੋ ਜਾਣੀਆਂ ਜਦ ਤੱਕ ਤੁਸੀਂ ਖਾਣੀ ਚੱਕ ਚੱਕ ਅਗਲੀ ਤੇ ਮਿਲਾ ਤੂੰ ਹੱਥ ਹੋ ਕੇ ਪਾਣੀ ਲਾ ਰੋਟੀ ਸਬਜ਼ੀਆਂ ਗਰਮ ਕਰੋ ਤਾਂ ਠੰਡੀਆਂ ਹੋ ਜਾਣੀਆਂ ਬੰਦੇ ਬਹੁਤ ਸੰਗਲੀ ਸੰਪਰਕ ਕਰੋ ਤੰਦੂਰੀ ਰੋਟੀਆਂ ਖਾਣ ਲਈ ਕਿਉਂ ਓਕੇ ਓਕੇ ਟਾਰਚ ਲੈ ਗਿਆ ਵੀਰ ਬਣ ਕੇ
ਜਾਉਣੇ ਟਾਰਚ ਤੇ ਸੈੱਲ ਪਾ ਕੇ ਮੈਨੂੰ ਦਿਸਦਾ ਨਹੀਂ ਫੋਨ ਤੇ ਜਾਉਣਾ ਮੈਂ ਆ ਕਰਾਂਗਾ ਟਾਰਚ ਲੈ ਮੇਰਾ ਫੋਨ ਮੈਨੂੰ ਫੜਾ ਦਿਓ ਮੈਂ ਫੋਨ ਦੀ ਲਾਈਟ ਕਰ ਦਿੰਦਾ ਹਾਂਜੀ ਭਾਬੀ ਜੀ ਮੈਨੂੰ ਫੜਾ ਦਿਓ ਮੈਂ ਵੀ ਕੋਈ ਕੰਮ ਕਰ ਲਾਂ ਫੋਨ ਦੇ ਦੋ ਅੱਗ ਲਾਈਏ ਹੋਰ ਫੋਨ ਦੇ ਹੋਰ ਲਾਈਟ ਜਗਾ ਕੇ ਖੜ ਜੰਨੀ ਆ ਕਿੱਥੇ ਨੇ ਰਾਇਆ ਕੀ ਬਾਤ ਨਹੀਂ ਨੇ ਰਾਤ ਨਹੀਂ ਵੀਡੀਓ ਬਣਾਓ ਫੋਨ ਤੇ ਲਾਵਾ ਖਰਚਾ ਨਹੀਂ 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 ਲੈ ਕੋਈ ਨਹੀਂ ਇੱਕੋ ਬੈਟਰੀ ਲਿਉਣਾ ਮੈਂ ਖੜ ਜਾ ਬੈਟਰੀ ਕਰੰਚੀ ਕਰੰਚੀ ਬਣ ਰਹੀਆਂ ਨੇ ਤੰਦੂਰੀ ਰੋਟੀਆਂ ਆ ਦੋ ਬੰਦੇ ਲੱਗੇ ਹੋਏ ਨੇ ਰੋਟੀ ਬਣਾਉਣ ਬਹੁਤ ਸੋਹਣੀਆਂ ਵਿੱਚ ਹੁਣ ਅਸੀਂ ਹੋਰ ਇੰਪਰੂਵ ਦਿੰਦੇ ਤੂੰ ਮੈਨੂੰ ਦਾਜੇ ਨੇ ਕੋਲਾ ਝੱਤ ਮਾਰਨ ਵਾਲੀ ਗੱਲ ਹੀ ਆ ਭਾਬੀ ਜੀ ਨਵੀਂ ਲੱਕੜ ਲਾਈ ਆ ਸਾਡਾ ਕੋਲਾ ਘਟ ਗਿਆ ਸੀ ਓਕੇ ਲੈ ਤੂੰ ਦੂਜਾ ਮਾਸਕ ਪਾ ਲਈਏ ਮੂੰਹ ਵਾਲਾ ਆ ਹੈਗਾ ਚੀਜ਼ੇ ਮੇਰੇ ਨਾਲ ਤੂੰ ਰਾਗ ਲੈ ਆ ਵੈਲਡਿੰਗ ਵਾਲੇ ਆ ਵੈਲਡਿੰਗ ਵਾਲਾ ਲਿਆਓਗੇ ਜੀ ਸਹੀ ਅੱਖਾਂ 'ਚ ਨਹੀਂ ਪੈਂਦੀ ਆ ਦਿਸੀ ਬਚਾ ਹੋ ਗਿਆ ਦਿਸੀ ਮੈਨੂੰ ਯਾਰ ਤਾਂ ਕਰਕੇ ਹੋ ਗਿਆ ਜਾਂ ਅੱਖਾਂ ਅੱਖਾਂ ਜਾਂ ਅੱਖਾਂ ਦੇ ਵਿੱਚ ਰੱਖ ਦਿਓ ਰੋਟੀ ਲੱਗਦੀ ਆ ਨਾ ਦਿਖਦੀ ਆ ਹੁਣ ਕਹਿੰਦੇ ਅਸੀਂ ਐਨਕਾਂ ਲੈ ਕੇ ਆਉਣੀਆਂ ਨੇ ਸਵੀਮਿੰਗ ਪੂਲ ਵਾਲੀਆਂ ਐਨਕਾਂ ਲਾ ਕੇ ਲਾਉਣੇ ਆ ਲੱਕੜ ਕੱਢਤੀ ਓਏ ਲੱਕੜ ਕੱਢਤੀ ਕੱਢ ਅੱਜ ਰੋਟੀਆਂ ਮਿਲ ਜਾਣਗੀਆਂ ਤੰਦੂਰੀ ਰੋਟੀਆਂ ਬਣਵਾਉਣੇ ਇਹ ਅੰਮ੍ਰਿਤਸਰ ਦੇ ਨੇ ਇਹ ਲੁਧਿਆਣੇ ਸਮਰਾਲੇ ਤੋਂ ਨੇ ਇਹ ਵੀ ਅੰਮ੍ਰਿਤਸਰ ਤੋਂ ਨੇ ਇਹ ਪਰ ਬੀਜੀ ਤੰਦੂਰ ਦੇ ਗੋਲ ਗੋਲ ਘੁੰਮ ਕੇ ਵਾਓ 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 ਰੋਟੀ ਫੁਲਕੇ ਬਣਦੇ ਹੋਏ ਤੰਦੂਰੀ ਰੋਟੀਆਂ ਭਾਈ ਪਹਿਲੀਆਂ ਦੋ ਤਿੰਨ ਰੋਟੀਆਂ ਨਖਰੇ ਕਰਦੀਆਂ ਹੁੰਦੀਆਂ ਹਰ ਥਾਂ ਤੇ ਚਲੋ ਦੀਦੀ ਹੁਣ ਆਪਾਂ ਨੂੰ ਸੌਖਾ ਰੋਟੀਆਂ ਤੰਦੂਰ ਲਾ ਦਿਆ ਕਰਿਓ ਬਸ ਬਾਈ ਤੁਸੀਂ ਪਾਓ ਰੋਟੀਆਂ ਅਸੀਂ ਲਾਉਣੇ ਆ ਨਹੀਂ ਆਪਾਂ ਨੂੰ ਪ੍ਰੈਕਟਿਸ ਹੀ ਤਾਂ ਹੋ ਗਈ ਅੱਜ ਪਹਿਲੀ ਵਾਰੀ ਸਟਾਰਟ ਕੀਤਾ ਨਾਲੇ ਇਸ ਤੋਂ ਬਾਅਦ ਸਪਾਟ ਹੋ ਗਏ ਕੰਪਨੀ ਰਜਿਸਟਰ ਕਰਾਉਣੀ ਦੇਤੀ ਢਾਬਾ ਮਿੱਤਰਾਂ ਦਾ ਢਾਬਾ ਮਿੱਤਰਾਂ ਦਾ ਢਾਬਾ ਹੀ ਖੋਲਣਾ ਤੁਸੀਂ ਇਧਰੋਂ ਦਰਵਾਜ਼ਾ ਖੋਲ ਲਓ ਬਸ ਇਧਰੋਂ ਸਪਲਾਈ ਕਰੀ ਜਾਇਓ ਠੀਕ ਵੇ ਬਣਾ ਲੈਣਾ ਘਰੇ ਹੁਣ ਤਾਂ ਜੀ ਜਗ੍ਹਾ ਹੈ ਨਹੀਂ ਇਹ ਫੜ ਜਾ ਕਿਹੜੀ ਪਹਿਲਾਂ ਲਾਈ ਸੀ ਦੱਸ ਦੇ ਇਹ ਵੀਰ ਜੀ ਸਾਰਾ ਤੰਦੂਰ ਘੁੰਮ ਲੈਂਦੇ ਰੋਟੀ ਲਾਉਣ ਵਾਸਤੇ ਇਹ ਹੈ ਲੋ
ਰੋਟੀਆਂ ਬਹੁਤ ਨੇ ਬਾਕੀ ਇਹਨਾਂ ਨੂੰ ਹੌਲੀ ਹੌਲੀ ਯਾਦ ਆਉਂਦਾ ਵੀ ਆ ਵੀ ਕਰ ਸਕਦੇ ਆ ਵੀ ਕਰ ਸਕਦੇ ਆ ਦੇਖੋ ਇਹ ਲਾਲ ਹੋ ਗਏ ਤੇ ਹਵਾ ਚਾਹੀਦੀ ਪੈਣੀ ਉਹ 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 ਲਾ ਦਈਏ ਹੇ ਡਰਾਇਰ ਮਾਰ ਦਈਏ ਨਹੀਂ ਉਹ ਪਰ ਤਾਂ ਜ਼ਿਆਦਾ ਤੇ ਹੋਣਾ ਠੀਕ ਆ ਬਣ ਗਿਆ ਬਈ ਰੋਟੀਆਂ ਸਵਾਦ ਬਹੁਤ ਬਣਨੀਆਂ ਬਈ ਇਹ ਘੱਟ ਸੇਕ ਵਾਲੀਆਂ ਹੌਲੀ ਹੌਲੀ ਬਣਦੀਆਂ ਉਹ ਕੱਚੀਆਂ ਨਾ ਲਾ ਲਿਆ ਕਿਤੇ ਨਾ 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 ਬਈ ਕੱਚੀ ਨਹੀਂ ਖਵਾਉਂਦੇ ਬੱਲੇ ਬੱਲੇ ਥਰਾ ਬਈ ਪੂਰਾ ਕੰਮ ਓਕੇ ਨੰਬਰ 1 ਕੰਮ ਕਰੀਦਾ ਵੀਰੇ ਵਿਰਦੇ ਚੱਕ ਫੁੱਲ ਫੁੱਲ ਕੇ ਆਉਂਦੀਆਂ ਨੇ ਹੁੰਦਾ ਬਹੁਤ ਨਾਈਸ ਬਾਈ ਇਹ ਤਾਂ ਆਪਣਾ ਦਮਨ ਵੀਰ ਜਿਉਂਦਾ ਰਹੇ ਜਿਹਨੇ ਸਾਨੂੰ ਤੰਦੂਰ ਦਿੱਤਾ ਥੈਂਕ ਯੂ ਵੀਰ ਦਾ ਜੀ ਵੀਡੀਓ ਤੇ ਕਰਦੀ ਏ ਵੀਰ ਵੀਡੀਓ ਤੇ ਦੇਖ ਲੂਗਾ ਸਾਡਾ ਦਮਨ ਵੀਰ ਦਾ ਬਸ ਤੰਦੂਰ ਆਪਾਂ ਮੰਗ ਲਿਆ ਕਰਨਾ ਦਮਨ ਵੀਰ ਨੂੰ ਕਹਿਣਾ ਤੇ ਰੈਂਟ ਤੇ ਦੇਣਾ ਸ਼ੁਰੂ ਕਰ ਦਿਓ ਬੇਸਿਕਲੀ ਇਹ ਤਿੰਨ ਬੰਦਿਆਂ ਦੀ ਜੌਬ ਆ ਜੀ ਜੇ ਕਿਸੇ ਨੇ ਤੰਦੂਰ ਨਾਲ ਪੰਗਾ ਰਹਿਣਾ ਤੇ ਸਾਡੇ ਨੂੰ ਪ੍ਰਪੇਅਰ ਹੋ ਕੇ ਲਿਓ ਸਿੱਧੀ ਜੀ ਗੱਲ ਆ ਨਹੀਂ ਤਾਂ ਮੇਰੇ ਕੋ ਬਾਅਦ ਛਡਾ ਲਓਗੇ ਅੱਜ ਦਾ ਡਿਨਰ ਬੋਇਜ਼ ਪਾਰਟੀ ਨੇ ਰੈਡੀ ਕੀਤਾ ਹੈ ਨਾ ਦਾਲ ਬਣ ਰਹੀ ਹੈ ਇੱਧਰ ਦਾਲ ਬਣੀ ਆ ਪਨੀਰ ਬਣਿਆ ਹੈ ਰੋਟੀ ਬਣ ਰਹੀ ਹੈ ਇੱਧਰ ਇੱਧਰ ਮੱਖਣ ਸਲਾਦ ਸਾਰਾ ਕੁਛ ਰੈਡੀ ਆ ਅਤੇ ਉੱਧਰ ਟੀਵੀ ਚੱਲ ਰਿਹਾ ਮਹਿਫਲ ਸਾਰੀ ਬਾਹਰੇ ਬੈਠੀ ਹੈ ਆਹ ਦੇਖੋ ਜੀ ਲੱਗੇ ਹੋਏ ਨੇ ਹਲੇ ਵੀ ਸਟਿਲ ਕੀ ਹੋਇਆ ਬਣ ਗਈਆਂ ਜੀ ਸਾਡੀਆਂ ਰੋਟੀਆਂ ਫਾਈਨਲੀ ਪਰੋਸ ਕੇ ਥਾਲੀਆਂ ਤਿਆਰ ਨੇ ਜੀ ਹਾਂਜੀ ਰੱਖ ਦਿਓ ਵੀਰੇ ਜੀ ਸਵਾਦ ਹੈ ਜੀ ਇਹਨੂੰ ਨਾਲ ਲੈ ਸੀ ਇਹਨੂੰ ਸੇਕ ਜ਼ਿਆਦਾ ਲੱਗਾ ਇਹ ਨਾਲ ਲੱਗਾ ਸੀ ਹਾਂ ਇਹਨੂੰ ਸੇਕ ਜ਼ਿਆਦਾ ਲੱਗਾ ਇਹ ਪੁੱਠਾ ਆ ਤਵੇ ਤੇ ਤਵੇ ਤੇ ਪਹਿਲਾਂ ਰੋਟੀ ਪਾਈ ਹਾਂ ਥੋੜਾ ਜਿਹਾ ਸੇਕ ਲਵਾਇਆ ਜਿਹੜਾ ਨਾਲ ਲੱਗ ਗਿਆ ਜਿਹੜਾ ਨਾਲ ਲੱਗਿਆ ਉਹਨੂੰ ਥੋੜਾ ਸੇਕ ਲਵਾਇਆ ਪੂਰਾ ਨਹੀਂ ਲਵਾਇਆ ਫਿਰ ਇਦਾਂ ਕਰਤਾ ਫਿਰ ਉਹਨੂੰ ਪੂਰਾ ਪੂਰਾ ਜਿੱਦਾਂ ਪੂਰਾ ਸੇਕ ਲਵਾ ਲੈਂਦੇ ਆ ਲਵਾ ਲਿਆ ਨਾ ਠੀਕ ਹੈ ਤੇ ਹੁਣ ਇਹ ਪੁੱਠਾ ਵੇਖੋ ਮੈਨੂੰ ਜ਼ਿਆਦਾ ਸੇਕ ਲੱਗਾ ਨਹੀਂ ਆਪਾਂ ਨੂੰ ਕੱਟੇ ਲਵਾਉਣਾ ਸੇਕ ਜੇ ਆਪਾਂ ਮੈਂ ਤਾਂ ਦੱਸਦਾ ਇੱਕ ਵਾਰ ਮੈਨੂੰ ਬੋਲਿਆ ਤਾਂ ਆਵਾਜ਼ ਬੋਲੀ ਆ ਆਪਾਂ ਨੂੰ ਕੱਟੇ ਲਵਾਈ ਬਿਕਰਮ ਦਾ ਦੱਸਦਾ ਜੀ ਮੈਨੂੰ ਉਹਨੇ ਲਾਂਗਰੇ ਲਾਂਗਰੇ ਸੀ ਉਹਨੇ ਕਿ ਉੱਥੇ ਜਦੋਂ ਹਨਾ ਜਦੋਂ ਉੱਥੇ ਹੁੰਦਾ ਸੀਗਾ ਆਪਣੇ ਅਕੈਡਮੀ ਪੜ੍ਹਦੇ ਕਹਿੰਦਾ ਅਸੀਂ ਸਾਰਿਆਂ ਦੀ ਵਾਰੀ ਆਉਂਦੀ ਸੀ ਲੰਗਰ ਲਾਉਣ ਉਹ ਚਾਰ ਚਾਰ ਰੋਟੀਆਂ ਇਕੱਠੀਆਂ ਵੇਲ ਕੇ ਬੁਲਾਉਂਦੇ ਰਹੇ ਉਹ ਕਹਿੰਦਾ ਰੋਟੀ ਅਸਲ 'ਚ ਤਿੰਨ ਵਾਰ 'ਚ ਹੀ ਬਣ ਜਾਂਦੀ ਆ ਰੋਟੀ ਨੂੰ ਜਿੰਨਾ ਮਰਜ਼ੀ ਥੱਲੀ ਜਾਓ ਤੁਹਾਡੀ ਮਰਜ਼ੀ ਇੱਕ ਦੋ ਤਿੰਨ 'ਚ ਬਣ ਜਾਂਦੀ ਆ ਜੇ ਉਹ ਟੁੱਟ ਜਾ ਨਿਕਲ ਆਉਂਦਾ ਰੋਟੀ ਦਾ ਤੇ ਉਹ ਉਹ ਫੁੱਲ ਦਾ ਪਾਸਾ ਸਿੱਧਾ ਦੂਜਾ ਪਾਸਾ ਪੁੱਠਾ ਪਾ ਇੰਨੀ ਗੱਲ ਬਾਕੀ ਮੈਨੂੰ ਹੋਰ ਜਿਹੜਾ ਫੁੱਲ ਦਾ ਪਾਸਾ ਉੱਚਾ ਜਾ ਢਿੱਡ ਜਿਹਾ ਹਾਂਜੀ ਉਹ ਜਦੋਂ ਭਰਾਵਾ ਢਿੱਡ ਫੁੱਲ ਜਾਂਦਾ ਨਹੀਂ ਨਹੀਂ ਮਾਲਵੇ ਵਾਲੇ ਸਿੱਧੇ ਪਾਸੇ ਨੂੰ ਹੀ ਸਿੱਧਾ ਕਹਿੰਦੇ ਆ ਤੇ ਅੰਮ੍ਰਿਤਸਰ ਵਾਲੇ ਪੁੱਠੇ ਨੂੰ ਸਿੱਧਾ ਕਹੀ ਜਾਂਦੇ
ਬਈ ਰੋਟੀਆਂ ਖਾ ਕੇ ਤੇ ਹੁਣ ਦੇਖਦੇ ਆ ਵੀ ਸਿੱਧਾ ਕਿਹੜਾ ਤੇ ਪੁੱਠਾ ਕਿਹੜਾ। ਇਹਨੂੰ ਸਿਰਫ 20% ਜਾਂ 30% ਕਰਦੇ ਆ ਨਾ ਬਸ, ਠੀਕ ਆ। ਇਹਨੂੰ ਹੁਣ ਇੱਕ ਵਾਰੀ ਕਰਤਾ, ਇਹਨੂੰ 100% ਕਰਦੇ ਆ, 100% ਕਰਤਾ, ਇਹ ਪੁੱਠਾ ਹੋ ਗਿਆ, ਉਹ ਮੁਕਾਲ ਮੁੱਕਣ ਤੋਂ ਚੱਲ ਚੱਲ, ਠੀਕ ਆ। ਫਿਰ ਜੇ ਜੇ ਉਹ ਸਿੱਧਾ ਸੀ ਫਿਰ ਉਹਨੂੰ ਉਦੋਂ ਫਿਰ ਉਦੋਂ ਕਿਉਂ ਨੀ ਬਣ ਗਈ ਰੋਟੀ, ਇੱਦਾਂ ਕਿਉਂ ਕੀਤਾ? ਇਹ ਤਾਂ ਸਿਆਪਾ ਪਿਆ। ਵੇਖੋ ਤੰਦੂਰ ਦੀ ਆ, ਹੁਣ ਇਹ ਜਿਆਦਾ ਕੁੱਕ ਆ ਹਨਾ, ਫਿਰ ਇੱਧਰ ਆਪਾਂ ਲਾਇਆ ਬਟਰ, ਆਹ ਸਿੱਧਾ ਪਾਸਾ ਨਾ, ਆਹ ਪੁੱਠਾ ਪਾਸਾ, ਤੇ ਸੇਮ ਤਵੇ ਦੀ ਗੱਲ ਹੈ, ਤਵੇ ਅਸਰ ਜਿੱਧਰੋਂ ਇਹੋ ਗੱਲ ਮੈਂ ਕਰਦਾ, ਇਹ ਤੇ ਚੰਗਾ ਟੌਪਿਕ ਛੇੜਦਾ ਬਾਈ। ਮੇਰੀ ਗੱਲ ਸੁਣ, ਆਹ ਆਹ ਸਪੋਜ਼ ਮੰਨ ਲਓ ਤਵੇ ਦੀ ਰੋਟੀ ਆ ਹਨਾ, ਬਾਕੀ ਚੱਕ ਦੇ, ਇਹੋ ਇੱਧਰੋਂ ਪੱਕੀ ਆ ਤੇ ਇੱਧਰੋਂ ਕੱਟ, ਕੀ ਫਰਕ ਆ? ਫਰਕੇ ਆ, ਕੀ ਫਰਕ ਆ? ਇੱਕ ਮਿੰਟ, ਜਿਹੜਾ ਪਾਸਾ ਪਹਿਲਾਂ ਆਹ ਪਾਸਾ ਵੇਖ, ਹਾਂ ਇਹ ਗੱਲ ਗਲਤ ਆ, ਆਹ ਜਿਹੜਾ ਨਹੀਂ ਨਹੀਂ, ਹੁਣ ਮੰਨ ਲਾ ਆਹ ਤੰਦੂਰ ਆ, ਰੋਟੀ ਲੱਗ ਗਈ, ਸੇਕ ਤਾਂ ਆਹ ਪਾਸੇ ਪਈ ਗਈ, ਆਹ ਤਾਂ ਤੇਰਾ ਟਕਿਆ ਗਿਆ, ਇਹ ਤਾਂ ਬਚ ਗਿਆ, ਕਿਉਂ ਮੇਨ ਸੇਕ ਤਾਂ ਇੱਥੇ ਪਿਆ, ਇਹਨੇ ਤਾਂ ਅਗਲਾ ਪਕਾਉਣਾ ਯਾਰ, ਜੇ ਇਹਨੂੰ ਸੇਕ ਨਾ ਲੱਗਾ ਤਾਂ ਕਿੱਦਾਂ ਪੱਕੂਗਾ ਯਾਰ? ਸੇਕ ਨੰਗਣਿਆਂ ਦੇ ਵੱਜਦੀ ਆ। ਨਹੀਂ ਨਹੀਂ ਸੇਕ ਤਾਂ ਥੱਲੇ ਹੀ ਲੱਗ ਰਿਹਾ, ਸੇਕ ਤਾਂ ਪਿੱਛੋਂ ਹੀ ਲੱਗਦਾ, ਤੇਰੇ ਨਾਨਕੇ ਅੰਮ੍ਰਿਤਸਰ ਆ ਤੇ ਤਰਨਤਾਰਨ, ਨਹੀਂ ਸੇਕ ਤਾਂ, ਸੇਕ ਤਾਂ ਇਦੋਂ ਹੀ ਲੱਗ ਰਿਹਾ। ਪ੍ਰੈਕਟੀਕਲ ਗੱਲ ਕਰ ਰਹੇ ਹਾਂ, ਜਿਹੜਾ ਪਿਛਲਾ ਪਾਸਾ ਉਹ ਉਹ ਜਿਹੜੀ ਜਿਹੜਾ ਪਤਾ ਦੂਣਾ ਰੋਟੀ ਲਾਉਣੇ ਆ, ਜਿਹੜਾ ਪਿਛਲਾ ਪਾਸਾ ਵਾ ਉਹ ਜਿਹੜੀ ਕਿਹੜਾ ਥੱਲੇ ਲੱਗਿਆ, ਜਿਹੜੀ ਉਹ ਗਰਮ ਹੁੰਦੀ ਹੈ ਨਾ ਰੇਤ, ਉਹਦੇ ਤੋਂ ਬਣਦਾ, ਜਿਹੜਾ ਮੂਹਰਲਾ ਪਾਸਾ ਹੁੰਦਾ ਉਹ ਜਿਹੜਾ ਥੱਲੇ ਬਾਹਰਲੇ ਸੇਕ ਤੋਂ ਉਹਦੇ ਤੋਂ ਬਣਦਾ। ਵਾਹ ਬਣ ਗਿਆ ਮੈਂ।